ਅੰਮ੍ਰਿਤਸਰ ਦੇ ਵਿੱਚ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਅੱਜ ਦੇ ਦਿਨ ਹੀ 1604 ਇਸ ਵਿੱਚ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਵੱਲੋਂ ਹਰਿਮੰਦਰ ਸਾਹਿਬ 'ਚ ਪਹਿਲੀ ਵਾਰ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਤਦ ਤੋਂ ਹਰ ਸਾਲ ਹਰਿਮੰਦਰ ਸਾਹਿਬ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਸ਼੍ਰੀ ਹਰਿਮੰਦਰ ਸਾਹਿਬ 'ਚ ਵੱਡਾ ਨਗਰ ਕੀਰਤਨ ਵੀ ਸਜਾਇਆ ਗਿਆ। ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਇੱਥੇ ਮੱਥਾ ਟੇਕਣ ਆਏ ਅਤੇ ਪ੍ਰਥਮ ਦਿਨ ਮਹੋਤਸਵ ਦੇ ਮੌਕੇ 'ਤੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ 'ਚ ਦੀਵਾਨ ਸਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਬਹੁਤ ਹੀ ਵਡਭਾਗਾ ਦੇਣ ਹੈ ਜਿੱਥੇ ਮਹਾਂਪੁਰਸ਼ਾਂ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅੱਜ ਦੇ ਦਿਨ ਪਹਿਲੇ ਵਾਰ ਗੁਰੂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਸੀ, ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ, ਜਿਹਨੂੰ ਉਹ ਆਪਣੇ ਤੋਂ ਉੱਪਰ ਥਾਂ ਰੱਖਦੇ ਸਨ, ਆਪ ਨੀਵੇਂ ਥਾਂ ਬੈਠਦੇ ਸਨ। ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਰੱਖਿਆ ਸੀ ਅਤੇ ਇਹੀ ਸਾਡੇ ਗੁਰੂ ਸਾਹਿਬ ਜਿਹੜੇ ਮੁੜ ਕੇ ਉਹਨਾਂ ਨੂੰ ਗੁਰਗੱਦੀ ਮਿਲੀ। ਅਤੇ ਇਹ ਬਹੁਤ ਹੀ ਵੱਡਾ ਅਤੇ ਪਵਿੱਤਰ ਦਿਹਾੜਾ ਜੋ ਗੁਰੂ ਸਾਹਿਬ ਨੇ ਇੱਥੇ ਹਰਿਮੰਦਰ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ। ਜਲੌਅ ਸਾਹਿਬ ਵੀ ਸਜਾਏ ਗਏ, ਜਲੌਅ ਸਾਹਿਬ ਸਜਾਏ ਗਏ ਨੇ, 12 ਵਜੇ ਤੱਕ ਜਲੌਅ ਸਾਹਿਬ ਰਹਿਣਗੇ ਅਤੇ ਸਾਰੀ ਸੰਗਤ ਜਿਹੜੀ ਆ ਦਰਸ਼ਨ ਕਰਨ। ਵਾਹਿਗੁਰੂ ਜੀ ਦਾ ਆਤਿਸ਼ਬਾਜ਼ੀ ਨਜ਼ਾਰਾ ਹੁੰਦਾ, ਕੀ ਕਹਿਣਾ ਚਾਹੋਗੇ ਇਸ ਮਾਪਾ ਤੋਂ ਬਹੁਤ ਦੂਰ ਦੁਰਾਡਾ ਤੋਂ? ਇਹ ਡਿੱਠੇ ਸੱਭਿਆ ਸਾਹਿਬ ਨਹੀਂ ਤੁੱਧ ਜਿਹਾ, ਇੱਥੇ ਹਰ ਚੀਜ਼ ਅਲੌਕਿਕ ਆ, ਹਰ ਚੀਜ਼ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ। ਸਵੇਰ ਤੋਂ ਸ਼ਾਮ ਤੱਕ ਜਿਹੜੇ ਨੇ, ਵੈਸੇ ਹੀ ਇੱਥੇ ਅਸੀਂ ਅੱਜ ਦਾ ਵੈਸੇ ਹੀ ਮਹਾਨ ਦਿਹਾੜਾ ਜਿਹਦੇ 'ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਹੈ। ਸੰਗਤਾਂ ਦਾ ਠਾਠਾ ਮਾਠਾ ਹੋਇਆ, ਇਕੱਠ ਬਹੁਤ ਵੱਡਾ ਇਕੱਠ ਸਰ ਆਇਆ ਜੀ ਇੱਥੇ। ਹਾਂ, ਉਹਨਾਂ ਨੂੰ ਜੀਆਂ ਕਹਿੰਦੀਆਂ ਸਾਰੀ ਸੰਗਤਾਂ ਨੂੰ ਪ੍ਰਕਾਸ਼ ਦਿਹਾੜੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ ਅਤੇ ਆਪ ਜੀ ਅੱਜ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਆਏ ਜੇ, ਕੀ ਕਹਿਣਾ ਚਾਹੋਗੇ ਸੰਗਤ ਨੂੰ? ਸੰਗਤ ਨੂੰ ਚਾਹੀਦਾ ਗੁਰੂ ਮਹਾਰਾਜ ਦੇ ਦਰਸ਼ਨ ਆਉਣ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਗੁਰੂ ਦੇ ਬਾਣੀ ਵਿੱਚ ਪੈਣ, ਅੰਮ੍ਰਿਤ ਛਕਣ ਅਤੇ ਗੁਰੂ ਦਾ ਨਾਮ ਲੈਣ, ਜਸ ਕਰਨ, ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਣ, ਨਿਤਨੇਮ ਕਰਨ, ਸ਼ਾਮ ਨੂੰ ਰਹਿ ਰਹਾ ਪੜਨ, ਗੁਰਦੁਆਰਾ ਸਾਹਿਬ ਮੱਥਾ ਟੇਕਣ ਜਿਹੜਾ ਨਜ਼ਦੀਕ ਪੈਂਦਾ, ਜਿਹੜੇ ਗੁਰੂ ਘਰ ਇੱਥੇ ਨਹੀਂ ਵੀ ਆਹ ਦਿਓ ਆਪਣੇ ਪਿੰਡ ਲਾਗੇ ਗੁਰੂ ਆਪਣਾ ਜਸ ਬਣਾ ਸਕਦੇ ਆ। ਸੁੰਦਰ ਜਲੌਅ ਸਾਹਿਬ ਦੇ ਵੀ ਦਿੱਕਰ ਆਏ ਗਏ ਕਿ 9 ਤੋਂ 12 ਬਹੁਤ ਵਧੀਆ ਸੁੰਦਰ ਜਲੌਅ ਆ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਇੱਥੇ, ਗੁਰੂ ਦਰਸ਼ਨ ਮਹਾਰਾਜ ਗੁਰੂ ਰਾਮਦਾਸ ਦੇ ਦਰਸ਼ਨ ਹੋ ਜਾਣੇ ਤੋਂ ਰੱਬ ਹੋ ਚਾਹੀਦੀ ਹੈ, ਉਹਨੇ ਨਾਂ ਹੀ ਜਲੌਅ ਆ, ਉਹਨੇ ਨਾਂ ਤੋਂ ਉੱਪਰ ਕੋਈ ਹੈ ਚੀਜ਼ ਨਹੀਂ। ਸੁੰਦਰ ਫੁੱਲ ਵੀ ਲਗਾਇਆ ਦਰਬਾਰ ਸਾਹਿਬ, ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਆ, ਲੋਭ ਇਹੋ ਜਿਹੀ ਦੁਨੀਆਂ ਤੱਕ ਵੇਖਿਆ ਨਹੀਂ ਉਹਨੇ ਕਿਤੇ, ਵਰਲਡ 'ਤੇ ਹੈ ਸੰਸਾਰ 'ਤੇ ਇਹੋ ਜਿਹੀ ਜਗ੍ਹਾ ਕੋਈ ਨਾ ਹੋ ਸਕਦੀ ਆ। ਕਿੰਨੀ ਕੁ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਤੁਸੀਂ ਅੰਦਰ ਦਰਬਾਰ ਸਾਹਿਬ ਜਾਂਦੇ ਜੀ? ਅਤੇ ਆਪਣੇ ਮਨ ਦੀ ਸ਼ਾਂਤੀ ਆਪ ਰੱਖਣੀ ਪੈਂਦੀ ਹੈ ਨਾ, ਸਾਡਾ ਮਨ ਟਿਕੂ ਤਾਂ ਫਿਰ ਸਾਨੂੰ ਸ਼ਾਂਤੀ ਮਿਲੂਗੀ, ਸ਼ਾਂਤੀ ਤਾਂ ਮਿਲਣੀ ਮਿਲਣੀ ਜਦੋਂ ਸਾਡਾ ਧਿਆਨ ਹੀ ਅੰਦਰ ਕੇਂਦਰ ਤੋਂ ਹੋ ਜੂਗਾ, ਜੇ ਸਾਡਾ ਧਿਆਨ ਬਾਹਰ ਚੱਲੂਗਾ ਘਰ ਤਰ੍ਹਾਂ, ਫਿਰ ਸਾਡਾ ਮਨ ਨੂੰ ਸ਼ਾਂਤੀ ਕਾਹਦੀ ਮਿਲਦੀ। ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਨੌਜਵਾਨਾਂ ਨੂੰ ਅਪੀਲ ਇਹੀ ਹੈ ਕਿ ਗੁਰੂ ਵਾਲੇ ਬਣੋ ਅਤੇ ਅੰਮ੍ਰਿਤ ਛਕੋ ਅਤੇ ਸਿੰਘ ਸਜੋ ਅਤੇ ਆਪਣੇ ਕਿਰਤ ਕਰੋ, ਕਮਾਈ ਕਰੋ, ਨਸ਼ਿਆਂ ਤੋਂ ਰਹਿਤ ਹੋ ਜਾਓ, ਜਿਹੜਾ ਕਿਰਤ ਕਰੋ ਕਮਾਈ ਕਰੋ ਉਦੋਂ ਨਸ਼ਿਆਂ ਦਾ ਰਹਿਤ ਆਪਣੇ ਹੋ ਜਾਊਗਾ। ਲੇਕਿਨ ਇੱਕ ਹੋਰ ਅਲਾਮਤ ਬਣੀ, ਲੇਕਿਨ ਲੋਕ ਕਿਉਂ ਡੰਮੀ ਗੁਰੂਆਂ ਦੇ ਮਗਰ ਕੀ ਲੱਗਦਾ ਤੁਹਾਨੂੰ? ਵਿਖਾਵਾ ਜ਼ਿਆਦਾ ਹੁੰਦਾ, ਲੋਕਾਂ ਨੂੰ ਮਤਲਬ ਦੱਸਦੇ ਹਨ ਵੀ ਅਸੀਂ ਆਹ ਕਰ ਦਾਂਗੇ ਤੁਹਾਡਾ ਉਹ ਕਰ ਦਾਂਗੇ, ਕੀ ਲੱਗਦਾ ਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ? ਗੁਰੂ 'ਤੇ ਭਰੋਸਾ ਰੱਖਣੀ ਤਾਂ ਭਰੋਸੇ ਬਿਨਾਂ ਕੁਛ ਨਹੀਂ ਹੈਗਾ, ਸਾਨੂੰ ਭਰੋਸਾ ਹੀ ਨਹੀਂ ਹੈ, ਤੁਹਾਡਾ ਨਾਮ? ਮੇਰਾ ਨਾਮ ਬਲਜੀਤ ਸਿੰਘ। ਕੀ ਕਹਿਣਾ ਚਾਹੋਗੇ ਅੱਜ ਪ੍ਰਕਾਸ਼? ਬਹੁਤ ਵਧੀਆ, ਬਹੁਤ ਵਧੀਆ, ਇੰਨਾ ਆਨੰਦ ਆਇਆ, ਫੁੱਲਾਂ ਦੀ ਸਜਾਵਟ ਆ, ਅੰਦਰ ਗੁਰੂ ਮਹਾਰਾਜ ਦੇ ਜਲੌਅ ਸੱਜੇ ਆ, ਬਹੁਤ ਨਜ਼ਾਰਾ ਵਾ, ਸੰਗਤਾਂ ਦਰਸ਼ਨ ਦਦਾਰੇ ਕਰਨ ਰਹੀਆਂ ਵਾ, ਲੰਗਰ ਭੰਡਾਰੇ ਖੁੱਲ੍ਹੇ ਚੱਲਣ ਡਏ ਆ,
ਬਹੁਤ ਵਧੀਆ, ਬਹੁਤ ਮਨ ਨੂੰ ਸ਼ਾਂਤ। ਸੰਗਤ ਆਏ ਦਿਨ ਬਹੁਤ ਜ਼ਰਾ ਵਧੀ ਆ, ਖਾਸ ਉੱਤੇ ਪਿਛਲੇ ਸਾਲ ਨੂੰ ਅੱਜ ਘੱਟ ਆ, ਇਹ ਗੱਲ ਘੱਟ ਆ, ਅੱਜ ਪਿਛਲੇ ਸਾਲ ਨੂੰ ਅੱਜ ਸੰਗਤ ਦਾ ਜ਼ੋਰ ਘੱਟ ਆ। ਪਿਛਲੇ ਸਾਲ ਇਹ ਤੋਂ ਬਹੁਤ ਜ਼ਿਆਦਾ ਸੀ, ਉਦੋਂ ਵੀ ਗੁਰੂ ਮਹਾਰਾਜ ਨੇ ਦਰਸ਼ਨ ਦਾਰੇ ਬਖਸ਼ੇ ਸੀ, ਅੱਜ ਪਿਛਲੇ ਸਾਲ ਨਾਲੋਂ ਘੱਟ ਆ। ਸੰਗਤ ਨੂੰ ਤਾਂ ਅਪੀਲ ਆ ਵੀ ਵੱਧ ਤੋਂ ਵੱਧ ਜਿੰਨਾ ਮਤਲਬ ਅੱਜ ਛੁੱਟੀ ਵੀ ਹੋ ਜਾਵੇ ਸਰਕਾਰੀ, ਹੈ ਨਾ, ਅਤੇ ਵੱਧ ਤੋਂ ਵੱਧ ਆਉਣਾ ਚਾਹੀਦਾ ਪਿੰਡਾਂ, ਆਮ ਪਿੰਡਾਂ 'ਚ ਕਈ ਗਿਆ ਨੂੰ ਅਜੇ ਨਾ ਪਿੰਡ ਸਾਡੇ ਅਖੰਡ ਪਾਠ ਸਾਹਿਬ ਚੱਲਣ ਡੇ, ਉਹਨਾਂ ਦਾ ਭੋਗ ਪੈਣਾ ਅਜੇ, ਤਾਂ ਅਸੀਂ ਚਲੋ ਛੇਤੀ ਚੱਲ ਚੱਲਿਆ। ਉਹ ਪੁੱਛਣਗੇ ਇੱਕ ਅੱਧਾ ਅਖੰਡ ਪਾਠ ਧਰਿਆ ਜੇ ਉਹ ਦੱਸੀਦਾ, ਅਤੇ ਉਹ ਗੰਭੀਰ ਜਿਹੇ ਹੋ ਜਾਣਗੇ। ਅਜੇ ਤੱਕ ਪਿੰਡਾਂ ਤੱਕ ਇੰਨੀ ਕੁ ਜਾਗਰੂਕਤਾ ਹੈ ਨਹੀਂ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਕੋਈ ਦਿਹਾੜਾ ਹੈ, ਅਜੇ ਤੱਕ ਉਹਨਾਂ ਨੂੰ ਇਹੋ ਇਹ ਨਹੀਂ ਪਤਾ ਵੀ ਅਖੰਡ ਪਾਠ ਧਰਿਆ ਗੁਰਦੁਆਰੇ। ਪੁੱਛਣਗੇ ਕਾਹਦਾ ਧਰਿਆ, ਕੀ ਲੱਗਦਾ ਫੇਲਿਊਰ ਲੱਗਦਾ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਸੀਨ ਲੱਗ ਗਿਆ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਨਹੀਂ ਹੈਗਾ, ਪ੍ਰਚਾਰ ਘੱਟ ਹੈ ਸਿੱਖੀ ਦਾ, ਵਿਖਾਵਾ ਜ਼ਿਆਦਾ ਹੋ ਗਿਆ ਵਾ ਅਤੇ ਪ੍ਰਚਾਰ ਘੱਟ ਗਿਆ। ਠੀਕ ਹੈ ਨਾ, ਬੇਸ਼ੱਕ ਆਪਾਂ ਟੀ ਵੀ ਮਾਧਿਅਮ ਰਾਹੀਂ ਦੂਜੇ ਮਾਧਿਅਮ ਰਾਹੀਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੋਣ ਡਿਆ, ਲੇਕਿਨ ਜਿਹੜਾ ਪਿੰਡ ਪਿੰਡ ਜਾ ਕੇ ਆਪਣਾ ਪ੍ਰੋਗਰਾਮ ਕਿਸੇ ਨੂੰ ਸਮਝਾਉਣਾ ਦੱਸਣਾ ਉਹ ਗੱਲ ਹੋਰ ਹੋ ਜਾਂਦੀ ਹੈ ਨਾ। ਇੱਕ ਪਾਸੇ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ, ਦੂਜੇ ਪਾਸੇ ਪ੍ਰਕਾਸ਼ ਪੁਰਬ ਆ ਗਿਆ, ਲੱਗਦਾ ਉਹਦਾ ਕਰਕੇ ਵੀ ਸੰਗਤ ਘੱਟ ਨਜ਼ਰ ਆ ਰਹੀ ਹੈ। ਇਹ ਤਾਂ ਹੈਗੀ ਹੈ ਨਾ, ਬਾਬਾ ਜੀਵਨ ਸਿੰਘ ਵਾਲੀ ਜਿਹੜੀ ਸੰਗਤ ਹੈ ਉਹ ਤਾਂ ਮਤਲਬ ਕੱਲ੍ਹ ਨੂੰ ਕਿ ਅੱਜ ਆ, ਬਾਬਾ ਜੀਵਨ ਕੱਲ੍ਹ ਨੂੰ ਆਹ ਤਾਂ ਚਲੋ ਫਰਕ ਤਾਂ ਭਾਅ ਜੀ ਉਹ ਤਾਂ ਪੈਂਦਾ ਹੀ ਆ, ਹੈ ਨਾ। ਨੌਜਵਾਨਾਂ ਨੂੰ, ਨੌਜਵਾਨ ਵੇਖੋ ਜੀ, ਨੌਜਵਾਨਾਂ ਬਾਰੇ ਤਾਂ ਇਹ ਅਪੀਲ ਆ ਵੀ ਗੁਰੂ ਰਾਮਦਾਸ ਕਿਰਪਾ ਕਰੇ ਨਸ਼ਿਆਂ ਤੋਂ ਬਚਣ। ਨਸ਼ਿਆਂ ਦਾ ਜਿਹੜਾ ਜ਼ੋਰ ਆ ਬਹੁਤ ਜ਼ਿਆਦਾ ਹੋ ਗਿਆ ਵਾ, ਸ਼ੌਂਕ ਸ਼ੌਂਕ ਦੇ ਵਿੱਚ ਹੀ ਨਿਆਣੇ ਫਸ ਪੈਂਦੇ ਆ ਅਤੇ ਮੁੜ ਕੇ ਨਿਕਲਿਆ ਨਹੀਂ ਜਾਂਦਾ, ਅਤੇ ਘਰ ਦੀਆਂ ਚੀਜ਼ਾਂ ਵੇਚਣਗੇ ਜਾਂ ਚੋਰੀਆਂ ਕਰਨਗੇ, ਚੋਰੀਆਂ ਠੱਗੀਆਂ ਕਾਹਦੇ ਵਾਸਤੇ, ਇਹੋ ਹੋਣੀਆਂ ਜ਼ਿਆਦਾ। ਇੱਕੀ ਉਮਰੇ ਨਸ਼ੇ ਲਾ ਲਏ, ਕਮਾਈ ਕੋਈ ਹੈ ਨਹੀਂ, ਨਸ਼ੇ ਮਹਿੰਗੇ ਲਾ ਲਏ, ਕੀ ਕੀਤਾ ਜਾਵੇ ਹੁਣ ਤਾਂ ਮਤਲਬ ਰਾਮਦਾਸ ਕਿਰਪਾ ਕਰ ਨਸ਼ੇ ਤੋਂ ਹਟ ਕੇ ਪ੍ਰਚਾਰ ਪ੍ਰਸਾਰ ਹੀ ਚੱਲੇ ਤੇ ਆ ਪਿੰਡਾਂ ਦੇ ਵਿੱਚ, ਗੁਰਮਤਿ ਦੇ ਕੈਂਪ ਲੱਗਣ, ਉਹਨਾਂ ਨੂੰ ਸਿੱਖਿਆ ਮਿਲੇ।